लो जी आपां एक्सपो का एक होर रंग दिखाउण लगे हाँ। हुण आह मशीनां वेख के मन दे विच इक आस जी जगदी वी साडे वी दिन कदे आउणगे जदों बंदा ऐ नोट गिणिया करूगा, है ना। ਇਹ ਨਾਲ ਹੀ ਇੱਥੇ ਸਕੇਲ ਪਏ ਆ ਕਾਫੀ ਤਰ੍ਹਾਂ ਦੇ। ਮੈਂ ਸੋਚਿਆ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ, ਕਿਉਂਕਿ ਅੱਜ ਕੱਲ੍ਹ ਇਹ ਚੀਜ਼ਾਂ ਦਾ ਜ਼ਮਾਨਾ ਹੈਗਾ, ਛੋਟੇ ਤੋਂ ਲੈ ਕੇ ਵੱਡੇ ਸਾਰੇ ਸਕੇਲ ਹੈਗੇ ਇੱਥੇ। ਇਹਦੇ 'ਚ ਇਕੱਲੇ ਪੈਸੇ ਗਿਣੇ ਜਾਂਦੇ ਨੇ, ਹੋਰ ਵੀ ਕੁਛ ਆਪਾਂ ਗਿਣ ਸਕਦੇ ਹਾਂ? ਬਿਲਕੁਲ ਫੰਕਸ਼ਨ ਇਹਦਾ ਨੋਟ ਪੈਸੇ ਹੀ ਗਿਣਨ ਦਾ ਹੀ ਹੈਗਾ ਵਾ, ਅਸਲੀ ਨਕਲੀ ਨੋਟ ਚੈੱਕ ਕਰਨ ਦਾ ਮੇਨ ਮਕਸਦ ਇਹ ਦੱਸ ਦਿੰਦੀ ਆ, ਅਸਲੀ ਨਕਲੀ ਨੋਟ ਦਾ ਪਤਾ ਲੱਗ ਜਾਂਦਾ। ਠੀਕ ਆ, ਆਪਣੀ ਸਟਾਰਟਿੰਗ ਹੁੰਦੇ ਆ, ਬੇਸਿਕ ਮਸ਼ੀਨ ਹੋ ਜਾਂਦੀ, ਸਿੰਪਲ ਅਕਾਊਂਟ ਕਰਦੀ ਆ, ਹਾਂ, ਤੇ ਨਾਲੇ ਅਸਲੀ ਨਕਲੀ ਦੱਸ ਦਿੰਦੀ ਆ। ਅੱਛਾ, ਆਹ ਮਸ਼ੀਨ ਆਹ ਹੀ? ਅੱਛਾ, ਇਹ ਸਟਾਰਟਿੰਗ ਦਾ ਬੇਸਿਕ ਆ। ਅੱਛਾ ਅੱਛਾ, ਇਹ ਮਸ਼ੀਨ ਕਿੰਨੇ ਦੀ ਹੋਊਗੀ ਬਾਈ? ਇਹ ਹੈਗੀ 5,500 ਦੀ। ਕੀਮਤ ਥੋੜੀ ਹੈ ਯਾਰ, ਉਹ ਸਭ ਪੈਸੇ ਵਿੱਚ ਗਿਣ ਜਾਂਦੀ ਹੈ ਨਾ। ਹਾਂਜੀ ਠੀਕ ਹੈ। ਉਹ ਤੋਂ ਬਾਅਦ ਆਪਣੀ ਸਟਾਰਟ ਹੋ ਜਾਂਦੀ ਮਿਕਸ ਵੈਲਿਊ ਦੀ ਮਸ਼ੀਨਾਂ। ਠੀਕ ਹੈ, ਇਹਦੇ ਅੰਦਰ ਇਹ ਹੁੰਦਾ ਤੁਸੀਂ ਸਾਰੇ ਮਿਕਸ ਨੋਟ ਪਾ ਦਿਓ, ਉਹਦੇ ਤੁਹਾਨੂੰ ਹਰੇਕ ਨੋਟ ਸਾਰੇ ਨੋਟਾਂ ਦੀ ਉਹ ਦੱਸ ਦੂਗੀ ਕਿਹੜੇ ਨੋਟ ਕਿੰਨੇ ਕਿੰਨੇ ਆ। ਲੈ ਡਿਨੋਮੀਨੇਸ਼ਨ ਆ ਜਾਂਦੀ ਆ, ਆ ਦੇਖੋ ਜਿਵੇਂ ਡਿਸਪਲੇ ਤੇ ਹੈਗਾ, ਹਾਂ ਹਾਂ ਹਾਂ, 2000 1000 500 200 ਉਹਦੇ ਉੱਤੇ ਸਾਰਾ ਆਉਂਦਾ ਜਾਏਗਾ। 200 ਦੇ ਕਿੰਨੇ ਆ, 500 ਦੇ ਕਿੰਨੇ ਆ, 2000 ਦੇ ਕਿੰਨੇ ਨੋਟ ਆ, ਉਹਰੇ ਉਹਨਾਂ ਦੀ ਗਿਣਤੀ ਆ ਜੂਗੀ ਟੋਟਲ ਨੋਟ ਕਿੰਨੇ ਨੇ, ਆ ਥੱਲੇ ਉਹਰੇ ਵੈਲਿਊ ਆ ਜੂਗੀ ਟੋਟਲ। ਅੱਛਾ, 25,000 ਆ, 26,000 ਆ, 30,000 ਆ, ਇਦਾਂ ਹੀ ਇੱਕੋ ਹੀ ਵਾਰ 'ਚ ਤਿੰਨੋਂ ਕੰਮ ਕਰ ਦਿੰਦੀ ਆ ਮਸ਼ੀਨ। ਤੁਹਾਡੀ ਗਿਣਤੀ ਵੀ ਪਤਾ ਲੱਗ ਜਾਂਦੀ ਆ, ਨੋਟ ਕਿਹੜੇ ਕਿੰਨੇ ਕਿੰਨੇ ਆ, ਸਿਰਫ ਆਪਣਾ ਇੰਡੀਅਨ ਕਰੰਸੀ ਦੇ ਵਿੱਚ ਹੀ ਕਰਦੀ ਆ। ਠੀਕ, ਓਕੇ। ਤੇ ਥੁੱਕ ਵੀ ਲਾਉਣਾ ਪੈਂਦਾ ਹੈ ਨਾ? ਨਾ ਜੀ ਨਾ ਜੀ, ਵੀਰੇ ਨੋਟ ਪਾਓ ਗਿਣਤੀ ਕਰ, ਬੰਦਾ ਤਾਂ ਥੁੱਕ ਹੀ ਲਾਉਣਾ ਮੁਕੋ ਦਿੰਦਾ। ਇਹ ਸਟਾਰਟ ਹੋ ਜਾਂਦੀ ਆਪਣੇ 8,000 ਤੋਂ। ਹਾਂਜੀ, ਉਹ ਤੋਂ ਬਾਅਦ ਇਹ ਵਾਲਾ ਮਾਡਲ ਆ 8,500 ਦਾ। ਹਾਂਜੀ, ਉਹ ਤੋਂ ਬਾਅਦ 9,000 ਦੀ ਆ, ਆ ਫਿਰ ਸਿੱਧੇ ਫਿਰ 12,500 ਦੀ ਹੋ ਜਾਂਦੀ ਆ। ਇਹਦੇ ਵਿੱਚ ਫੀਚਰ ਵੱਧਦਾ ਜਾਂ ਕੰਪਨੀ ਚ? ਇੱਕ ਤਾਂ ਮਸ਼ੀਨ ਦੀ ਜੀ ਮੋਟਰ ਹੁੰਦੀ ਹੈ ਇਹਦੀ ਹੈਵੀ ਆ ਇਹਨਾਂ ਨਾਲੋਂ। ਅੱਛਾ, ਮਤਲਬ ਕਿ ਵੱਧ ਯੂਜ਼ ਕਰਨ ਦੇ ਵਾਸਤੇ ਬਣੀ ਹੋਈ, ਬੈਂਕਾਂ ਦੇ ਵਿੱਚ ਜਾਣ ਵਾਸਤੇ। ਠੀਕ ਹੈ ਠੀਕ ਹੈ ਠੀਕ ਆ, ਮਤਲਬ ਕੰਮ ਵੱਧ ਲੈ ਸਕਦੇ ਆ ਆਪਾਂ ਲਗਾਤਾਰ ਇਹਦੇ ਨਾਲ ਇਹਨਾਂ ਦੇ ਮੁਕਾਬਲੇ। ਉਦੋਂ ਬਾਅਦ ਆਪਾਂ ਵੇਖੀਏ ਕੰਡੇ, ਬਹੁਤ ਤੁਹਾਡੇ ਕੋਲ ਸਕੇਲ ਜਿਹਨੂੰ ਕਹਿ ਦਿੰਦੇ ਆਪਾਂ, ਛੋਟਾ ਕੰਡਾ ਹਨਾ, ਤੇ ਵੱਡੇ ਤੋਂ ਵੱਡਾ ਵੀ ਪਿਆ ਵਾ। ਇਹ ਨਾਰਮਲ ਘਰ ਦੇ ਲਈ ਯੂਜ਼ ਕਰਨ ਦੇ ਲਈ ਆ? ਘਰ ਦੇ ਵਾਸਤੇ ਜਿਵੇਂ ਆਪਣੇ ਚੱਲ ਜਾਂਦੇ ਆ ਪਏ ਹੋਏ ਨੇ ਸਕੇਲ ਜਿਹੜੇ। ਨਹੀਂ, ਜੇ ਆਪਾਂ ਡੈਰੀ ਫਾਰਮਿੰਗ ਦੀ ਗੱਲ ਕਰੀਏ ਉਹਨਾਂ ਲਈ ਤਾਂ ਇਹ, ਜਿਹਨਾਂ ਦੁੱਧ ਤੋਲਣਾ ਹੁੰਦਾ ਕੁੰਡਾ ਪਾ ਕੇ, ਉਹ ਕੰਮ ਦੇ ਸਕਦੇ? ਕੁੰਡਾ ਪਾ ਕੇ ਉਹਦਾ ਲੋਕੀ ਵੱਧ ਸਕਦੇ, ਪਰ ਉਹਦੇ ਵਾਸਤੇ ਵੀ ਸਾਡੇ ਕੋਲ ਸਪੈਸ਼ਲ ਆਉਂਦੇ ਆ, ਦੋਨੋਂ ਦੇ ਨਾਲ ਡਰਮ ਲੱਗਿਆ ਹੁੰਦਾ, ਉਹਦੇ ਵਿੱਚ ਥੱਲੇ ਸਕੇਲ ਲੱਗਿਆ ਹੁੰਦਾ, ਥੱਲੇ ਕੰਡਾ ਧਰ ਦਿਓ, ਉਹ 'ਚ ਦੁੱਧ ਪਾ ਲਓ, ਉਹ ਡਰਮ ਤੋਂ ਫਿਰ ਤੁਸੀਂ ਐਂ ਚੱਕੋ ਸਿੱਧਾ ਪਾ ਵੀ ਦਿੱਤਾ, ਇੱਕੋ ਹੀ ਕੰਮ ਉਹਦੇ ਵਿੱਚ ਹੀ ਹੋ ਜਾਂਦਾ, ਲੈ ਕੇ ਤੁਸੀਂ ਤੁਰ ਵੀ ਸਕਦੇ ਹੋ, ਉਹਦੇ ਅੰਦਰ ਹੈਂਡਲ ਲੱਗਿਆ ਹੁੰਦਾ। ਅੱਛਾ ਅੱਛਾ, ਆਹ ਕੰਡਾ ਬੜਾ ਵਜ਼ਨਦਾਰ ਲੱਗਦਾ ਬਈ। ਇਹ ਇੰਡਸਟਰੀਆਂ ਵਾਸਤੇ ਕ੍ਰੇਨ ਸਕੇਲ ਆ ਇਹ, ਜਿਵੇਂ ਆਪਣਾ ਇੰਡਸਟਰੀਆਂ ਦੇ ਅੰਦਰ ਵਰਤਿਆ ਜਾਂਦਾ ਵਾ, ਕ੍ਰੇਨ ਦੇ ਵਿੱਚ ਆ ਕੇ ਸਿੱਧਾ ਹੈਂਗ ਹੋ ਜਾਂਦਾ। ਅੱਛਾ ਬਈ, ਕੋਈ 5,000 ਕਿਲੋ ਤੱਕ ਦਾ ਜੀ? ਹਾਂਜੀ, 5 ਟਨ ਦਾ। ਇਹਦੇ ਵਿੱਚ ਕਪੈਸਿਟੀ ਫਿਰ 10 ਟਨ ਵੀ ਆਉਂਦੀ ਹੈ, 20 ਟਨ ਵੀ ਆਉਂਦੀ ਹੈ। ਅੱਛਾ ਬਈ, ਹਾਂਜੀ। ਤੇ ਕ੍ਰੇਨ ਤੇ ਲਾਉਣ ਤੋਂ ਬਾਅਦ ਸਿੱਧਾ ਚੱਕਿਆ ਜਾਂਦਾ ਉੱਪਰ, ਸੇ ਕੋਈ ਵੀ ਭਾਰ ਇਹਦੇ ਅੰਦਰ ਆ ਜਾਊਗਾ। ਉਧਰ ਵੇਟ ਕਿੰਨਾ ਆ ਰਿਹਾ, ਇੱਕ ਤਾਂ ਬੰਦਾ ਦੱਸਣ ਆਉਂਦਾ, ਇਹਦੇ ਵਿੱਚ ਇਹ ਨਾ ਤਾਰ ਲਾਉਣ ਦੀ ਲੋੜ ਆ ਨਾ ਕੁਛ ਨੀ, ਇਹ ਦਫ਼ਤਰ ਦੇ ਅੰਦਰ ਲਿਜਾ ਕੇ ਰੱਖ ਲਿਆ। ਹਾਂ ਠੀਕ ਆ, ਓਕੇ। ਇੱਕੋ ਡਿਸਪਲੇ ਆ ਰਹੀ ਆ? ਹਾਂਜੀ, ਜਿੱਦਾਂ ਇਹ ਚੱਲੂ ਇੱਧਰ, ਜਦੋਂ ਭਾਰ ਉੱਥੇ ਤੋਲਿਆ, ਇਹ ਜਿੱਦਾਂ ਮਰਜ਼ੀ ਲਿਜਾ ਕੇ ਰੱਖ ਲਓ, 200 ਮੀਟਰ ਦੇ ਉੱਪਰ ਇਹਦੀ ਰੇਂਜ ਹੁੰਦੀ। ਨਹੀਂ ਤਾਂ ਆਮ ਕੇਬਲ ਖਰਾਬ ਹੋ ਜਾਂਦੀ ਅੱਗੇ ਡਿਸਪਲੇ ਦੀ, ਕੇਬਲ ਹੁੰਦੀ ਆ ਕਿ ਕਰੈਕ ਹੋ ਗਈ ਕਿਤੋਂ, ਕੁਛ ਹੋ ਗਈ, ਜਾਂ ਕੰਮ ਕਰਦੇ ਟਾਈਮ ਬੰਦਿਆਂ ਨੇ ਖਿੱਚ ਦੀ ਤਾਰ ਪੰਗਾ ਹੀ ਰਹਿੰਦਾ। ਇਹਦੇ ਅੰਦਰ ਇਹ ਆ, ਜਿੱਥੇ ਮਰਜ਼ੀ ਲੈ ਜਾਓ, ਭਾਵੇਂ ਥੱਲੇ ਲੈ ਜਾਓ, ਉੱਪਰ ਬਹਿ ਕੇ ਕੰਮ ਕਰਦੇ, ਉੱਪਰ ਲਿਜਾ ਕੇ ਡਿਸਪਲੇ ਰੱਖ ਲਈ, ਨਾਲ 200 ਮੀਟਰ ਦੀ ਰੇਂਜ ਹੁੰਦੀ ਇਹਦੀ। ਠੀਕ ਹੈ ਠੀਕ ਹੈ।
ਅਕਸਰ ਜਿਵੇਂ ਕਾਹ ਹੁੰਦਾ 400-500 ਰੁਪਏ ਦੇ ਆਸ ਪਾਸ ਹਨਾ ਹਾਂਜੀ ਇਹ ਤੋਂ ਵਧੀਆ ਕੋਈ ਇਸ ਤੋਂ ਵਧੀਆ ਕਿਹੜਾ ਆਉਂਦਾ ਕੋਈ ਇਹ ਤੋਂ ਵਧੀਆ ਜਿਵੇਂ ਇਹਦੇ ਵਿੱਚ ਹੁਣ ਹੋ ਗਏ ਹੁਣ ਇਹ ਲੋਕਲ ਚਾਈਨਾ ਤੋਂ ਇੰਪੋਰਟ ਹੁੰਦਾ ਇਹ ਹੋ ਗਿਆ ਇੰਡੀਆ ਦੇ ਵਿੱਚ ਬਣਦਾ ਹੁਣ ਇਹ ਵਾਲਾ ਬੋਡੀ ਤੋਂ ਲੱਗ ਹਰੇਕ ਚੀਜ਼ ਇੰਡੀਆ 'ਚ ਹੀ ਬਣੀ ਹੋਈ ਹੈ ਠੀਕ ਹੈ ਇਹ ਮੈਂ ਰਿਪੇਅਰ ਹੋ ਜਾਂਦੀ ਹੈ ਇਹਦੀ ਕੀਮਤ ਕਿੰਨੀ ਕਾ ਇਹ 1000 ਰੁਪਏ ਤੇ ਠੀਕ ਹੈ ਡਬਲ ਚਲੋ ਪਰ ਇਹ ਖਰਾਬ ਜਲਦੀ ਹੋ ਜਾਂਦੇ ਇਹ ਵਾਲੇ ਹਾਂਜੀ ਖਰਾਬ ਹੋ ਜਾਂਦੇ ਉਹ ਤੋਂ ਬਾਅਦ ਇੰਡੀਆ ਦੇ ਖਰਾਬ ਵੀ ਹੁੰਦੇ ਰਿਪੇਅਰ ਹੋ ਜਾਂਦੇ ਆ ਆ ਭਾਰਤ ਤੋਂ ਲਾਈ ਮਸ਼ੀਨ ਆ ਗਈ ਹਾਂਜੀ ਪਰਸਨਲ ਸਕੇਲ ਆਪਣੇ ਠੀਕ ਹੈ ਇਹ ਕਿੰਨੇ ਕ ਦਾ ਹੁੰਦਾ ਜੀ ਇਹ ਆਪਣੀ ਸਟਾਰਟਿੰਗ ਹੋ ਜਾਂਦੀ ਹੈ 600 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਅੱਛਾ ਅੱਛਾ ਆ ਵਾਲਾ ਜੀ ਆਪਾਂ ਸ਼ੀਸ਼ੇ ਵਾਲੀ ਗੱਲ ਹਾਂਜੀ ਹਾਂਜੀ ਇਹਦੀ ਗੱਲ ਪਸੇ ਨੇਕ ਦਾ ਹੀ ਹੈ ਹਾਂਜੀ ਠੀਕ ਆ ਤੇ ਆ ਗਏ ਸੁਨਿਆਰਿਆਂ ਵਾਲੇ ਕੰਡੇ ਹਾਂਜੀ ਅੱਛਾ ਠੀਕ ਆ ਇਹ ਸਾਰੇ ਜੀ ਆਪ ਬਹੁਤ ਤਿਆਰ ਕਰਦੇ ਹੋ ਜਾਂ ਦੇਖੋ ਆ ਜਿਹੜੇ ਇਹ ਜਿਹੜੇ ਛੋਟੇ ਜਿੰਨੇ ਵੀ ਨੇ ਇਹ ਇੰਪੋਰਟਡ ਵਾਲੇ ਆਈਟਮਾਂ ਨੇ ਜਿਵੇਂ ਆ ਇਹ ਹੋ ਗਿਆ ਆਪਣੇ ਸਕੇਲ ਹੋ ਗਏ ਇੰਪੋਰਟਡ ਹੁੰਦੇ ਨੇ ਇਹ ਚਾਈਨਾ ਤੋਂ ਹੀ ਬਣ ਕੇ ਆਉਂਦੇ 10 ਮਿਲੀ ਤੱਕ ਦੇ ਉਹ ਹੈਗਾ 200 ਗ੍ਰਾਮ 10 ਮਿਲੀ ਹੋ ਗਿਆ ਆਪਣਾ ਛੋਟਾ ਵਾਇਰ ਕਿਸੇ ਨੇ ਜਿਵੇਂ ਪਾਕਟ ਦੇ ਸੁਨਿਆਰੇ ਹੁੰਦੇ ਕੋਈ ਕਾਰੀਗਰ ਬੰਦਾ ਹੁੰਦਾ ਲੈ ਜਾਂਦਾ ਕਿਸੇ ਚੀਜ਼ ਦਾ ਚੈੱਕ ਚੁੱਕਣ ਵਾਸਤੇ ਉਹਦੇ ਵਾਸਤੇ ਉਹ ਲੈਂਦੇ ਆ ਜਿਹੜੇ ਵੈਦ ਹੁੰਦੇ ਉਹਨਾਂ ਕੋਲੇ ਵੀ ਹੁੰਦਾ ਹਾਂ ਜੇਬ 'ਚ ਰੱਖਦੇ ਕੁਝ ਜੋਖਣ ਵਾਸਤੇ ਯੂਜ਼ ਕਰ ਲੈਂਦੇ ਆ ਠੀਕ ਹੈ ਤੇ ਇਹ ਆ ਗਏ ਨਾਰਮਲ ਆਪਣੇ ਇਹ ਆਪਣੇ ਨਾਰਮਲ ਹੋ ਗਏ ਹੱਟੀ ਹੱਟੀ ਤੇ ਕਰਿਆਨੇ ਦੁਕਾਨ ਤੇ ਨਿੱਕੇ ਮੋਟੇ ਰੱਖਣ ਨੂੰ ਕਰਿਆਨੇ ਵਗੈਰਾ ਤੇ ਯੂਜ਼ ਹੋਣ ਵਾਲੇ ਕੰਡੇ ਨੇ ਆ ਬੰਦੇ ਸਾਰੇ ਜੇ ਆਪਾਂ ਇਹਦੀ ਗੱਲ ਕਰੀਏ ਕਿੰਨੇ ਕਿਲੋ ਵਾਲਾ ਹੈ ਇਹ 30 ਕਿਲੋ ਹੈਗਾ ਜੀ ਤੇ ਇਹਦੀ ਕੀਮਤ ਅੰਦਾਜ਼ਨ ਕਿੰਨੀ ਰਹੂਗੀ ਇਹਦੀ ਕੀਮਤ ਰਹੂਗੀ ਉਹਦਾ ਉਹਦਾ ਰਹਿੰਦੀ ਹੈ ਕਿਵੇਂ 3500 ਰਹਿੰਦੀ ਹੈ ਬਲਾ ਡਿਸਕਾਊਂਟ ਡਿਸਕਾਊਂਟ ਕਰਕੇ ਹੁਣ 2800 ਰੱਖੀ ਹੋਈ ਹੈ ਠੀਕ ਹੈ ਜੀ ਤੇ ਇਹ ਵਾਲਾ 50 ਕਿਲੋ ਜੀ ਇਹ 50 ਕਿਲੋ ਹੈ ਜੀ ਅੱਛਾ ਇਹ ਉਹਦਾ ਇਹ ਸਾਡਾ ਵਿਕਦਾ ਤਾਂ 5000 ਦਾ ਇਸ ਟਾਈਮ 4000 ਰੱਖਿਆ ਹੋਇਆ ਹੈ ਤੇ ਤੁਹਾਡਾ ਲੁਧਿਆਣੇ ਆ ਲੁਧਿਆਣੇ ਐਡਰੈਸ ਹੈਗਾ ਤੇ ਫੋਨ ਨੰਬਰ ਹੈਗਾ ਇਹਨਾਂ ਫੋਨ ਵੀ ਕਰ ਸਕਦੇ ਹੋ ਆਪਾਂ ਤੁਹਾਨੂੰ ਵਿਖਾ ਦਿੱਤਾ ਜੇ ਆਪਾਂ ਇਹਦੀ ਗੱਲ ਕਰ ਗਏ ਇਸ ਦੀ ਇਹ ਇੱਕ ਕੁਇੰਟਲ ਵਾਲਾ ਆ ਗਿਆ ਇੱਕ ਕੁਇੰਟਲ ਵਾਲਾ ਕੰਡਾ ਹੋ ਗਿਆ 400 ਬਾਈ 400 ਦਾ ਮਤਲਬ ਇਹਦਾ ਪਲੇਟਫਾਰਮ ਸਾਈਜ਼ ਹੁੰਦਾ ਇਹਦਾ ਉਹ ਤੋਂ ਬਾਅਦ ਆ ਜਾਂਦਾ ਇਹ 500 ਬਾਈ 500 ਸਾਈਜ਼ ਹੋ ਗਿਆ ਇਹਦਾ ਇਹ 2 ਕੁਇੰਟਲ ਦਾ ਉਹ ਤੋਂ ਬਾਅਦ ਆ ਜਾਓਗੇ ਆਹ ਵਾਲਾ ਸਕੇਲ ਹੈਗਾ 300 ਕਿਲੋ ਦਾ ਇਹਦਾ ਸਾਈਜ਼ ਹੋ ਗਿਆ 600 ਬਾਈ 600 ਇਹ ਕਿੰਨੀ ਕੀਮਤ ਹੋਊਗੀ ਇਹਦੀ ਇਹ ਵਾਲਾ ਹੈਗਾ 6500 ਦਾ ਅੱਛਾ ਇਹ ਵਾਲਾ ਆ ਜਾਂਦਾ ਵਾ ਆਪਣਾ 5500 ਦਾ ਹਾਂ ਇਹ 5000 1000 ਰੁਪਏ ਦਾ 100 ਕਿਲੋ ਮਗਰ 1000 ਰੁਪਏ ਦਾ ਫਰਕ ਪਈ ਜਾਂਦਾ ਹਾਂ ਮਤਲਬ ਪਲੇਟਫਾਰਮ ਦੇ ਸਾਈਜ਼ ਦੇ ਉੱਤੇ ਤੇ ਲੋਡ ਚੱਲਦਾ ਉਹਦਾ ਫਰਕ ਆ ਜਾਂਦਾ ਤੇ ਆਹ ਵਾਲਾ ਇਹ 500 ਕਿਲੋ ਹਾਂਜੀ ਠੀਕ ਹੈ ਜੀ ਇਹ ਹੈਗਾ ਪਰ 5 ਕੁਇੰਟਲ ਦਾ ਇਹ 750 ਵੀ 750 ਦਾ ਇਹਦਾ ਸਾਈਜ਼ ਹੋ ਗਿਆ ਇਹਦਾ ਠੀਕ ਹੈ ਹੈਵੀ ਡਿਊਟੀ ਆ ਜਿੱਦਾਂ ਮਰਜ਼ੀ ਭਾਰ ਪਾ ਦਿਓ ਸਾਈਡ ਤੇ ਡਬਲ ਸਪੋਰਟ ਥੱਲੇ ਲੱਗੀ ਹੁੰਦੀ ਹੈ ਇਹਨੂੰ ਠੀਕ ਹੈ ਇਹ ਅੰਦਾਜ਼ਨ ਇਹ ਹੈਗਾ 9500 ਠੀਕ ਹੈ ਚਲੋ ਠੀਕ ਹੈ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ